ਤੁਸੀਂ ਸਮੇਂ ਜੋ ਸਾਡੀ ਸਕਰੀਨ ਤੇ ਦੇਖ ਰਹੇ ਹੋ ਦੋ ਲੜਕੇ ਇਹ ਰਿਲਾਇੰਸ ਦੇ ਬਿਆਨ ਦੇ ਪੋਸਟਰ ਵੰਡ ਰਹੇ ਸੀ ਅਤੇ ਇਹਨਾਂ ਨੂੰ ਦਿੱਤੇ ਗਏ ਸੀ ਕਿ 300 ਰੁਪਏ ਦਿਹਾੜੀ ਵਿੱਚ ਤੁਸੀਂ ਇਹ ਪੋਸਟਰ ਵੰਡਨੇ ਨੇ ਉਹ ਤਾਂ ਆਏ ਆ ਜੀ ਉਹ ਕਿਸੇ ਨੇ ਪੈਸੇ ਦਾ ਲਾਲਚ ਦਿੱਤਾ ਵੀ ਤੁਹਾਨੂੰ ਦੇ ਦਾਂਗੇ 200 ਦੇਣਾ 500 ਦੇਣਾ 700 ਵੀ ਦਿੱਤਾ ਜਾ ਸਕਦਾ 1000 ਵੀ ਦਿੱਤਾ ਜਾ ਇੱਕ ਤਾਂ ਇਹ ਸਾਡੀ ਜਿਹੜੀ ਵਲੰਟੀਅਰ ਚੌਕਸ ਫੋਰਸ ਆ ਉਹ ਪਕੜ ਲੈਂਦੀ ਹੈ ਜੀ ਵਾਲਿਆਂ ਨੇ ਪਹਿਲਾਂ ਕਨੈਕਟ ਕੀਤਾ ਹੋਇਆ ਸਾਡਾ BSNL ਤਬਾਹ ਹੋ ਗਿਆ ਜੀ ਉਹ ਕਿਹਦੇ ਕਰਕੇ ਹੋਇਆ ਪੋਸਟਰ ਦੀਏ ਕਿਸ ਨਾਲ ਬੇਸ਼ੱਕ ਮੈਂ ਬਤਾ ਦੇ ਸਰ ਦਵਾਰਕਾ ਸੇ ਹਮ ਆਏ ਮਾਇਆ ਕਿਸ ਬੰਦੇ ਨੇ ਪੋਸਟਰ ਦੀਏ ਤੁਸੀਂ ਸਮੇਂ ਜੋ ਸਾਡੀ ਸਕਰੀਨ 'ਤੇ ਦੇਖ ਰਹੇ ਹੋ ਦੋ ਲੜਕੇ ਇਹ ਰਿਲਾਇੰਸ ਦੇ ਬਿਆਨ ਦੇ ਪੋਸਟਰ ਵੰਡ ਰਹੇ ਸੀ ਰਿਲਾਇੰਸ ਦੇ ਬਿਆਨ ਦੇ ਪੋਸਟਰ ਜਿਵੇਂ ਤੁਸੀਂ ਦੇਖ ਰਹੇ ਹੋ ਉੱਪਰ ਲਿਖਿਆ ਹੈ ਕਿ ਖੇਤੀ ਕੰਟਰੈਕਟ ਨੂੰ ਲੈ ਕੇ ਕੋਈ ਵੀ ਲੈਣ ਦੇਣ ਨਹੀਂ ਹੈਗਾ ਰਿਲਾਇੰਸ ਨਾਲ ਉਸਦੇ ਬਿਆਨ ਦੇ ਪੋਸਟਰ ਵੰਡ ਰਹੇ ਸੀ 300 ਰੁਪਏ ਦਿਹਾੜੀ ਜਿਹੜੀ ਆ ਨੌਜਵਾਨਾਂ ਨੂੰ ਉਹ ਤੁਸੀਂ ਦੋ ਨੌਜਵਾਨ ਦੇਖ ਰਹੇ ਹੋ ਇਹਨਾਂ ਨੂੰ ਦਿੱਤੇ ਗਏ ਸੀ ਕਿ 300 ਰੁਪਏ ਦਿਹਾੜੀ ਵਿੱਚ ਤੁਸੀਂ ਇਹ ਪੋਸਟਰ ਵੰਡ ਰਹੇ ਨੇ ਸਿੰਘ ਬੋਰਡਰ ਦੇ ਵੰਡ ਰਹੇ ਸੀ ਜੋ ਵਲੰਟੀਅਰ ਨੇ ਉਹਨਾਂ ਨੇ ਪਕੜਿਆ ਇਹਨਾਂ ਨੂੰ ਅਤੇ ਹੁਣ ਦੇਖੋ ਜਿਵੇਂ ਚਾਹ ਵਗੈਰਾ ਅਪਲਾਈ ਜਾ ਰਹੀ ਹੈ ਉਹਦਾ ਡਿਸੀਜਨ ਇਹ ਲਿਆ ਗਿਆ ਇੱਥੇ ਜਥੇਬੰਦੀਆਂ ਵੱਲੋਂ ਕਿ ਇਹਨਾਂ ਨੂੰ ਛੱਡਿਆ ਜਾਵੇਗਾ ਅਤੇ ਇਹ ਖਾ ਮਹੱਲੇ ਵਿੱਚ ਜਾ ਕੇ ਗੱਲ ਕਹਿਣਗੇ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਜੋ ਪੋਸਟਰ ਵੰਡੇ ਨੇ ਉਸ ਨੂੰ ਲੈ ਕੇ ਜਥੇਬੰਦੀਆਂ ਕੋਲ ਵਲੰਟੀਅਰ ਪਕੜ ਕੇ ਲੈ ਕੇ ਆਏ ਸੀ ਕਿ ਲਗਾਤਾਰ ਪੋਸਟਰ ਵੰਡੇ ਜਾ ਰਹੀ ਸੀ ਕਿਸਾਨ ਦੇ ਉਹ ਪੋਸਟਰ ਦੇ ਉੱਤੇ ਕੋਈ ਵੀ ਪਤਾ ਨਹੀਂ ਹੈਗਾ ਕਿਸਨੇ ਛਾਪੇ ਨੇ ਕਿ ਪ੍ਰਿੰਟਿੰਗ ਪ੍ਰੈਸ ਜਿਹੜੀ ਹੈ ਉਸਦਾ ਕੁਝ ਵੀ ਨਹੀਂ ਪਤਾ ਹੈਗਾ ਇਹ ਪੋਸਟਰ ਲਗਾਤਾਰ ਇੱਥੇ ਵੰਡੇ ਜਾ ਰਹੇ ਸੀ ਜੋ ਸਕਰੀਨ 'ਤੇ ਦੋ ਨੌਜਵਾਨ ਦੇਖ ਰਹੇ ਹੋ ਤੁਸੀਂ ਇਹ ਪੋਸਟਰ ਵੰਡ ਰਹੇ ਸੀ ਕਾਫੀ ਭਾਰੀ ਤਾਦਾਦ ਵਿੱਚ ਪੋਸਟਰ ਆਏ ਨੇ ਹੋਰ ਅਲੱਗ ਅਲੱਗ ਜਗ੍ਹਾ ਦੇ ਉੱਤੇ ਵੀ ਪੋਸਟਰ ਜੋ ਨੇ ਵੰਡੇ ਜਾ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆਸੇ ਪਾਸੇ ਵਲੰਟੀ ਪਕੜ ਕੇ ਲੈ ਕੇ ਆਏ ਨੇ ਜੋ ਪਕੜ ਕੇ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਲਗਾਤਾਰ ਹੀ ਜਿਸ ਇੱਕ ਨਾਲ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਰਿਲਾਇੰਸ ਦੇ ਪ੍ਰੋਡਕਟ ਦਾ ਪਰ ਰਿਲਾਇੰਸ ਦੇ ਵੱਲੋਂ ਪੋਸਟਰ ਵੰਡ ਕੇ ਇਹ ਦਰਸਾਇਆ ਜਾ ਰਿਹਾ ਕਿ ਉਹ ਕਿਸਾਨਾਂ ਦੇ ਨਾਲ ਨੇ ਕਿਸਾਨਾਂ ਦੇ ਹੱਕ ਵਿੱਚ ਨੇ ਕੋਈ ਵੀ ਕੰਟਰੈਕਟ ਫਾਰਮਿੰਗ ਨਹੀਂ ਕਰਨਗੇ ਇਹ ਦੋ ਨੌਜਵਾਨ ਜੋ ਸਕਰੀਨ 'ਤੇ ਦੇਖ ਰਹੇ ਹੋ ਇਹ ਪਕੜ ਕੇ ਲੈ ਕੇ ਆਏ ਨੇ ਵਲੰਟੀਅਰ ਆਪਾਂ ਵਲੰਟੀਅਰ ਨਾਲ ਵੀ ਗੱਲਬਾਤ ਕਰਾਂਗੇ ਵਲੰਟੀਅਰ ਕੀ ਕਹਿੰਦੇ ਨੇ ਤੁਸੀਂ ਲਗਾਤਾਰ ਦੇਖਦੇ ਹੋ ਪੋਸਟਰ ਜਿਹੜੇ ਹੈਗੇ ਨੇ ਉਹ ਦਿੱਤੇ ਹੋਏ ਨੇ ਪੰਫਲੇਟ ਜਿਹੜੇ ਹੈਗੇ ਨੇ ਨੌਜਵਾਨਾਂ ਵੱਲੋਂ ਆਏ ਸੀ ਇੱਥੇ ਦੇਖੋ ਉਹਨਾਂ ਨੇ ਪੰਫਲੇਟ ਛਾਪਿਆ ਪਰ ਦੇਖੋ ਜੀਓ ਵਾਲਿਆਂ ਨੇ ਕੰਟੈਕਟ ਤੋਂ ਪਹਿਲਾਂ ਕੀਤਾ ਹੋਇਆ ਇੱਧਰ ਦੇਖ ਮੇਰੇ ਵੱਲ ਜੀਓ ਵਾਲਿਆਂ ਨੇ ਪਹਿਲਾਂ ਕੰਟੈਕਟ ਕੀਤਾ ਹੋਇਆ ਸਾਡਾ BSNL ਤਬਾਹ ਹੋ ਗਿਆ ਜੀ ਉਹ ਕਿਹਦੇ ਕਰਕੇ ਹੋਇਆ ਕਿਉਂਕਿ ਇਹ ਆਏ ਹੋਇਆ ਕੰਟੈਕਟ ਖੇਤੀ ਦੀ ਗੱਲ ਉਹ ਕਰਦੇ ਵੀ ਅਸੀਂ ਨਹੀਂ ਕਰ ਰਹੇ ਜਾਂ ਨਹੀਂ ਕਰਾਂਗੇ ਇਹਨਾਂ ਨੇ ਭੇਜਿਆ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਦੇਖੋ ਉਹਨਾਂ ਨੂੰ ਇਹ ਪਤਾ ਵੀ ਇੱਥੇ ਉਹ ਨੌਜਵਾਨ ਹੈ ਜੋ ਲਗਾਤਾਰ ਦੀ ਪੋਸਟਰ ਵੰਡ ਰਹੇ ਸੀ ਦੋ ਨੌਜਵਾਨ ਸੀ ਇਸ ਤਰ੍ਹਾਂ ਆਪਾਂ ਗੱਲਬਾਤ ਕਰਾਂਗੇ ਕੀ ਜਥੇਬੰਦੀਆਂ ਨੇ ਕਿਹਾ ਤੁਸੀਂ ਸੁਣ ਲਿਆ ਕਿ ਜਥੇਬੰਦੀਆਂ ਕਹਿੰਦੇ ਨੇ ਕਿ ਹੁਣ ਇਹਨਾਂ ਨੂੰ ਛੱਡ ਦਿੱਤਾ ਜਾਏਗਾ ਪਰ ਇਸ ਉੱਤੇ ਛੱਡਿਆ ਜਾਵੇਗਾ ਕਿ ਇਹ ਜਾ ਕੇ ਵੀਡੀਓ ਪਾਉਣਗੇ ਕਿਸੇ ਕੱਲਾ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਆ ਆਪਾਂ ਇਹਨਾਂ ਦੇ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਸਰ ਅਭੀ ਲੀਏ ਨਹੀਂ ਪੇਮੈਂਟ ਨਹੀਂ ਲੀਏ ਹਮਨੇ ਲੀਏ 100 ਰੁਪਿਆ ਦਾੜੀ ਆੜੀ ਗਏ ਅੱਛਾ ਪੋਸਟ ਦੀਏ ਕਿਸ ਨਾਲ ਬੇਸ਼ੱਕ ਮੈਨੂੰ ਬਤਾ ਦੇ ਸਰ ਦਵਾਰਕਾ ਸੇ ਹਮ ਆਏ ਮਾਇਆ ਕਿਸ ਬੰਦੇ ਪੁੱਛ ਦੀ ਇਹ ਅੱਛਾ ਸਾਨੂੰ ਨਾ ਇਹਦੇ ਨੰਬਰ ਦਿੱਤਾ ਕੰਟੈਕਟ ਨੰਬਰ ਦਿਆ ਜਿਵੇਂ ਨੇ ਆਪਾਂ ਉਸ ਨੰਬਰ ਤੇ ਕਾਲ ਕੀਤੀ ਆ ਤੇ ਉਹ ਨੰਬਰ ਤੇ ਦੱਸ ਰਿਹਾ ਵੀ ਅਸੀਂ ਇਹਨਾਂ ਨੂੰ 400 ਰੁਪਿਆ ਦਿੱਤਾ ਆ 400 ਰੁਪਏ ਵੰਡਣ ਲਈ ਹੁਣ ਛੱਡ ਦਿੱਤਾ ਉਹਨਾਂ ਨੂੰ ਕੀ ਕਰਨਾ ਇਹਨਾਂ ਨੇ ਛੱਡਤਾ ਹੁਣ ਇਹਨਾਂ ਨੇ ਜਥੇਬੰਦੀਆਂ ਦੇ ਹੱਥਾਂ ਜੋ ਕਰਨਗੇ ਜਥੇਬੰਦੀਆਂ ਕਿੰਨੇ ਕੋ ਪੋਸਟਰ ਵੰਡ ਰਹੇ ਸੀ ਪੋਸਟਰ ਭਾਜੀ ਆਪਾਂ ਜਦੋਂ ਪੋਸਟਰ ਦੇਖੇ ਆ ਤੇ ਮੈਂ ਪੋਸਟਰ ਲਿਆ ਆਪਾਂ ਚੜ ਗਏ ਆ ਤੇ ਆਪਾਂ ਜਾ ਕੇ ਅੱਗੇ ਪੋਸਟਰ ਪੜੇ ਆ ਤੇ ਆਪਾਂ ਪੋਸਟਰ ਪੜਿਆ ਵੀ ਆ ਤੇ ਸਾਡੇ ਖਿਲਾਫ ਆ ਅਸੀਂ ਫੇਰ ਭੱਜ ਕੇ ਜਦੋਂ ਸਾਰੀ ਗੱਲਬਾਤ ਸੁਣੀਏ ਕਿ ਉਹਨਾਂ ਨੂੰ ਛੱਡ ਦਿੱਤਾ ਗਿਆ ਨੌਜਵਾਨਾਂ ਨੂੰ ਜਿਹੜਾ ਛੱਡ ਦਿੱਤਾ ਗਿਆ ਜਿਹੜੇ ਦੋ ਨੌਜਵਾਨ ਹੈਗੇ ਸੀ ਪਰ ਲਗਾਤਾਰ ਪੋਸਟਰ ਵੰਡੇ ਜਾ ਰਹੇ ਸੀ ਇਸ ਨੂੰ ਲੈ ਕੇ ਇੱਥੇ ਬਾਈਕਾਟ ਕੀਤਾ ਗਿਆ ਹੈ ਜਥੇਬੰਦੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਛੱਡ ਤਾਂ ਦਿੱਤਾ ਗਿਆ ਪਰ ਪੋਸਟਰ ਜੋ ਇਸ ਸਮੇਂ ਲੈ ਲਏ ਇਹਨਾਂ ਨੇ ਹਾਸਤ 'ਚ ਲੈ ਲਏ ਨੇ ਜਥੇਬੰਦੀਆਂ ਨੇ ਉਹ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਜਾਵੇ ਅਤੇ ਦੂਸਰੇ ਪਾਸੇ ਇੱਕ ਹੋਰ ਸਵਾਲ ਉੱਠ ਰਿਹਾ ਇਹ ਨੌਜਵਾਨ ਇੱਥੇ ਨਹੀਂ ਹਰ ਅਲੱਗ ਅਲੱਗ ਜਗ੍ਹਾ ਦੇ ਉੱਤੇ ਜਾ ਕੇ ਪੋਸਟਰ ਵੰਡ ਰਹੇ ਨੇ ਸਿੰਘ ਬੋਰਡਰ 'ਤੇ ਤਾਂ ਪਕੜੇ ਗਏ ਨੇ ਪਰ ਦੂਸਰੇ ਬੋਰਡਰ 'ਤੇ ਵੀ ਇਸ ਤਰੀਕੇ ਨਾਲ ਪੋਸਟਰ ਦੇ ਕੇ ਭੇਜੇ ਹੋਏ ਨੇ ਰਿਲਾਇੰਸ ਵਾਲਿਆਂ ਨੇ ਕਿ ਤੁਸੀਂ ਕਿਸਾਨੀ ਸੰਘਰਸ਼ ਵਿੱਚ ਜਾ ਕੇ ਵੰਡ ਰਹੇ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਨਾਲ ਹੋਏਗਾ ਭਾਈ ਕੀ ਕਹਿ ਕੇ ਛੱਡਿਓ ਹਾਂਜੀ ਕੀ ਕਹਿ ਕੇ ਛੱਡਿਆ ਮੁੰਡੇ ਨੂੰ ਹੁਣ ਕੋਈ ਐਕਸ਼ਨ ਲਿਆ ਇਹ ਕਿਹਾ ਨਹੀਂ ਦੇਖੋ ਐਕਸ਼ਨ ਤਾਂ ਉਹ ਬੱਚੇ ਆ ਜੀ ਸਾਡੇ ਬੱਚੇ ਆ ਸਾਡੇ ਘਰਾਂ 'ਚੋਂ ਆਏ ਆ ਅਸੀਂ ਤਾਂ ਇਸ ਗੱਲ ਦਾ ਇਸ ਆਸ ਨਾਲ ਕਿ ਸਾਡੇ ਬੱਚੇ ਚੰਗਾ ਕੰਮ ਕਰਨ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਪੱਖ ਨਹੀਂ ਹੈਗਾ ਕਿ ਉਹ ਜਾਣ ਬੁੱਝ ਕੇ ਕਰ ਰਹੇ ਆ ਉਹ ਤਾਂ ਆਏ ਆ ਜੀ ਉਹ ਕਿਸੇ ਨੇ ਪੈਸੇ ਦਾ ਲਾਲਚ ਦਿੱਤਾ ਵੀ ਤੁਹਾਨੂੰ ਦੇ ਦਿਆਂਗੇ 200 ਦੇਣਾ 500 ਦੇਣਾ 700 ਵੀ ਦਿੱਤਾ ਜਾ ਸਕਦਾ 1000 ਵੀ ਦਿੱਤਾ ਜਾ ਇੱਕ ਤਾਂ ਇਹ ਨੰਬਰ 2 'ਤੇ ਇਹ ਕਿਹਦੀ ਚਾਲ ਆ ਅਡਾਨੀ ਅਬਾਨੀ ਦੀ ਆ
ਸਰਕਾਰ ਦੀ ਆ ਕਿ ਕੋਈ ਹੋਰ ਧਿਰ ਵੀ ਹੈਗੀ ਕਿਉਂਕਿ ਉਹਦੇ 'ਤੇ ਕੁਛ ਨਹੀਂ ਲਿਖਿਆ ਹੋਇਆ ਉਹਦੇ 'ਤੇ ਇਹ ਨਹੀਂ ਗੱਲ ਸਾਫ਼ ਕੀਤੀ ਹੋਈ ਨਾ ਪ੍ਰਿੰਟਿੰਗ ਪ੍ਰੈਸ ਦਾ ਨਾ ਨਾ ਪ੍ਰਕਾਸ਼ਕ ਦਾ ਨਾ ਨਾ ਕਿਸੇ ਦਾ ਕੋਈ ਕੰਡਕਟਿੰਗ ਨੰਬਰ ਉਹਦਾ ਦਿੱਤਾ ਹੋਇਆ ਉਹਨਾਂ ਨੂੰ ਉਹ ਵਿਚਾਰੇ ਆ ਗਏ ਆ ਇਹਦੇ 'ਚ ਅਸੀਂ ਉਹਨਾਂ ਨੂੰ ਇਹ ਗੱਲ ਅਪੀਲ ਕੀਤੀ ਆ ਕਿ ਇੱਥੇ ਕਿਸਾਨ ਜਿਹੜੇ ਆ ਬਿਨਾਂ ਪੈਸੇ 'ਤੇ ਕੰਮ ਕਰ ਰਹੇ ਆ ਭਾਰਤ ਦਾ ਅੰਦੋਲਨ ਲੜ ਰਹੇ ਆ ਅਤੇ ਉਹਦੇ ਵਾਸਤੇ ਤੁਸੀਂ ਸਾਡਾ ਸਹਿਯੋਗ ਕਰੋ ਜੋ ਕਿਸਾਨ ਆਪਦੇ ਅੰਦੋਲਨ ਦੇ ਵਿੱਚ ਗੱਲ ਕਰ ਰਿਹਾ ਸੰਯੁਕਤ ਮੋਰਚਾ ਜਿਹੜੀ ਗੱਲ 'ਤੇ ਕਰ ਰਿਹਾ ਕਿ ਅਡਾਨੀ ਅੰਬਾਨੀ ਦਾ ਵਿਰੋਧ ਕੀਤਾ ਜਾਵੇ ਉਹਨਾਂ ਦੇ ਪ੍ਰੋਡਕਟਾਂ ਦਾ ਜੀਓ ਦਾ ਉਹ ਤੁਸੀਂ ਵੀ ਕਰੋ ਆਪਦੇ ਅਸੀਂ ਆਸ ਇਸ 'ਚੋਂ ਬੈਠੇ ਹਾਂ ਕਿ ਤੁਸੀਂ ਇਸ ਆਸ ਨਾਲ ਸਾਡਾ ਉਹ ਕਰੋ ਇਸ ਕਰਕੇ ਉਹਨਾਂ ਨੂੰ ਕੋਸ਼ਿਸ਼ ਸਾਡਾ ਇਹ ਆ ਕਿਉਂਕਿ ਉਹਨਾਂ ਨੇ ਕੋਈ ਵੱਡਾ ਕ੍ਰਾਈਮ ਨਹੀਂ ਕੀਤਾ ਟੁੱਟਾ ਹਿੱਸਾ ਵਾ ਉਹ ਵਿਚਾਰੇ ਆਏ ਆ ਇਹ ਠੀਕ ਹੈ ਕਿ ਸਾਡੀ ਜਿਹੜੀ ਵਲੰਟੀਅਰ ਚੌਕਸ ਫੋਰਸ ਆ ਉਹ ਪਕੜ ਲੈਂਦੀ ਆ ਇਹ ਅਸੀਂ ਉਸ ਚੌਕਸ ਫੋਰਸ ਦੇ ਵੀ ਧੰਨਵਾਦੀ ਹਾਂ ਕਿ ਉਹ ਇਰਦ ਗਿਰਦ ਸਟੇਜ ਦੇ ਜਾਂ ਸਾਰੇ ਮੋਰਚੇ ਦੇ ਅੰਦਰ ਜੇ ਵੀ ਕੋਈ ਵਿਅਕਤੀ ਮੰਨ ਲਓ ਕੋਈ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਝੱਟ ਪਕੜ ਲੈਂਦੇ ਉਹਨਾਂ ਦੀ ਬਾਜ਼ ਅੱਖ ਉਹਦੇ 'ਤੇ ਰਹਿੰਦੀ ਆ ਜਿਵੇਂ ਸੋਸ਼ਲ ਮੀਡੀਆ ਇਹ ਵੀ ਦੇਖਦਾ ਸਾਰਾ ਕੁਛ ਕਿਵੇਂ ਕਰਦਾ ਇਸ ਤਰ੍ਹਾਂ ਸਾਡੇ ਜਿਹੜੇ ਨੌਜਵਾਨ ਸਾਡੇ ਵਲੰਟੀਅਰ ਆ ਸਾਡੀ ਫੋਰਸ ਆ ਅਸੀਂ ਉਹਦੇ ਧੰਨਵਾਦੀ ਹਾਂ ਕਿ ਉਹ ਇੱਥੇ ਆਪਦੀ ਬਾਜ਼ ਆਖਣਾ ਹਰ ਉਹ ਵਿਅਕਤੀ ਜਿਹੜਾ ਮੋਰਚੇ ਦੇ ਅੰਦਰ ਕੁਝ ਵੀ ਨਵਾਂ ਲੈ ਕੇ ਆਉਂਦਾ ਉਹਨੂੰ ਪਕੜਦੇ ਆ ਅਤੇ ਸਾਰੀ ਗੱਲ ਮੈਂ ਸੁਣੀ ਹੈ ਕਿ ਕੋਈ ਐਕਸ਼ਨ ਨਹੀਂ ਕੀਤਾ ਗਿਆ ਸਿਰਫ ਉਹਨਾਂ ਨੂੰ ਛੱਡ ਦਿੱਤਾ ਗਿਆ ਹਾਲੇ ਗੱਲ ਕਰਕੇ ਛੱਡ ਦਿੱਤਾ ਗਿਆ ਅਤੇ ਤੁਸੀਂ ਪੰਜਾਬੀ ਪੰਜਾਬ ਨਿਊਜ਼ ਲਗਾਤਾਰ ਦੇਖਦੇ ਹੋ ਤੁਹਾਨੂੰ ਅਸੀਂ ਪਰ ਪਲ ਦੀ ਅਪਡੇਟ ਦਿੰਦੇ ਦਾਂਗੇ ਹੋਰ ਵੀ ਪੋਸਟ ਇਹੋ ਜਿਹੇ ਜਿਹੜੇ ਹੈਗੇ ਨੇ ਲਗਾਤਾਰ ਉਹ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਲੱਗ ਅਲੱਗ ਜਗ੍ਹਾ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਰਮਾਇਆ ਜ਼ਿਆਦਾ ਰਿਲਾਇੰਸ ਵੱਲੋਂ ਜਿਵੇਂ ਪਹਿਲੇ ਜਥੇਬੰਦੀਆਂ ਨੇ ਰਿਲਾਇੰਸ ਪ੍ਰੋਡਕਟ ਦਾ ਬਾਈਕਾਟ ਕੀਤਾ ਹੋਇਆ ਪਰ ਫਿਰ ਵੀ ਨਾ ਪ੍ਰਿੰਟਿੰਗ ਪ੍ਰੈਸ ਦਾ ਨਾਮ ਹੈਗਾ ਸੀ ਕਿਸੇ ਨੇ ਭੇਜਿਆ ਉਸਦਾ ਨਾਮ ਵੀ ਨਹੀਂ ਹੈਗਾ ਸੀ ਸਿਰਫ ਦਿਹਾੜੀ ਉੱਤੇ ਆਏ ਸੀ ਇੱਥੇ ਵੀ ਤੁਸੀਂ ਪੋਸਟ ਸੁੱਟਣੇ ਨੇ